ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲੈ ਕੇ ਆਏ ਹਾਂ ਸਬਜ਼ੀਆਂ ਨੂੰ ਸੁਕਾਉਣ ਦਾ ਤਰੀਕਾ। ਹਰ ਦਿਨ ਮਾਰਕੀਟ ਵਿੱਚ ਜਾ ਕੇ ਸਬਜ਼ੀਆਂ ਲੈਣ ਦੀ ਜਗ੍ਹਾ ਤੁਸੀਂ ਆਪਣੇ ਘਰ ਵਿੱਚ ਹੀ ਸਬਜ਼ੀਆਂ ਸੁਕਾ ਕੇ ਸਟੋਰ ਕਰ ਸਕਦੇ ਹੋ। ਘਰੇਲੂ ਪੱਧਰ 'ਤੇ ਸਬਜ਼ੀਆਂ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਉਹਨਾਂ ਨੂੰ ਕਿਸੇ ਚਾਦਰ ਜਾਂ ਕਿਸੇ ਦੁਪੱਟੇ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦਿਓ ਤਾਂ ਕਿ ਧੂੜ ਮਿੱਟੀ ਮੱਖੀ ਆਦਿ ਤੋਂ ਇਹਨਾਂ ਦਾ ਬਚਾਅ ਹੋ ਸਕੇ। ਸਬਜ਼ੀਆਂ ਨੂੰ ਬਹੁਤ ਚੰਗੀ ਤਰ੍ਹਾਂ ਸੁਕਾਓ ਤਾਂ ਕਿ ਉਹਨਾਂ ਵਿੱਚ ਨਮੀ ਬਿਲਕੁਲ ਨਾ ਰਹੇ ਅਤੇ ਇਹਨਾਂ ਨੂੰ ਹੱਥਾਂ ਨਾਲ ਤੋੜਨ 'ਤੇ ਕੜਕ ਦੀ ਆਵਾਜ਼ ਆਏ, ਸਮਝ ਲਓ ਕਿ ਇਹ ਪੂਰੀ ਤਰ੍ਹਾਂ ਸੁੱਕ ਗਈ ਹੈ। ਵੱਖ ਵੱਖ ਸਬਜ਼ੀਆਂ ਨੂੰ ਸੁਕਾਉਣ ਦਾ ਇਹ ਤਰੀਕਾ ਹੈ। ਆਲੂ ਚਿਪਸ। ਆਲੂ ਧੋ ਕੇ ਛਿਲਕਾ ਉਤਾਰ ਲਓ ਅਤੇ 2% ਲੂਣ ਵਾਲੇ ਪਾਣੀ ਵਿੱਚ ਘੋਲ ਤਿਆਰ ਕਰਕੇ ਹੁਣ ਆਲੂ ਦੇ ਚਿਪਸ ਵਾਂਗ ਪਤਲੇ ਪਤਲੇ ਟੁਕੜੇ ਕਰ ਲਓ ਅਤੇ ਤਿਆਰ ਘੋਲ ਵਿੱਚ ਪਾਉਂਦੇ ਰਹੋ, ਨਹੀਂ ਤਾਂ ਆਲੂ ਦਾ ਰੰਗ ਖਰਾਬ ਹੋ ਜਾਵੇਗਾ। ਹੁਣ ਇਸ ਪਾਣੀ ਨੂੰ ਉਬਾਲੋ ਅਤੇ 3-4 ਮਿੰਟ ਤੱਕ ਆਲੂ ਦੇ ਚਿਪਸ ਉਸ ਵਿੱਚ ਉਬਲਣ ਦਿਓ। 1 ਕਿਲੋ ਚਿਪਸ ਲਈ 1.5 ਲੀਟਰ ਪਾਣੀ ਦਾ ਘੋਲ ਪੂਰੀ ਤਰ੍ਹਾਂ ਸਹੀ ਰਹਿੰਦਾ ਹੈ। ਆਲੂ ਦੇ ਚਿਪਸ ਪਾਣੀ ਵਿੱਚੋਂ ਕੱਢ ਕੇ 1-1 ਕਰਕੇ ਕਿਸੇ ਪਲਾਸਟਿਕ ਦੀ ਚਟਾਈ 'ਤੇ ਧੁੱਪ ਵਿੱਚ ਸੁਕਾ ਦਿਓ, ਪਤਲੇ ਕੱਪੜੇ ਨਾਲ ਢੱਕ ਦਿਓ। ਸੁੱਕਣ 'ਤੇ ਚਿਪਸ ਡੱਬਿਆਂ ਵਿੱਚ ਭਰ ਕੇ ਰੱਖ ਲਓ। ਬੰਦ ਗੋਭੀ। ਬੰਦ ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਨੂੰ ਮੋਟੇ ਮੋਟੇ ਟੁਕੜਿਆਂ ਵਿੱਚ ਕੱਟ ਲਓ। ਇਹਨਾਂ ਨੂੰ ਟੁਕੜਿਆਂ ਨੂੰ 10 ਮਿੰਟ ਤੱਕ ਭਾਫ਼ ਦਬਾ ਕੇ ਧੁੱਪ ਵਿੱਚ ਸੁਕਾਓ, ਫਿਰ ਹਵਾ ਬੰਦ ਡੱਬਿਆਂ ਵਿੱਚ ਬੰਦ ਕਰਕੇ ਰੱਖ ਦਿਓ। ਅਗਲਾ ਹੈ ਪੁਦੀਨਾ। ਪੁਦੀਨੇ ਨੂੰ ਪਹਿਲਾਂ ਖੂਬ ਚੰਗੀ ਤਰ੍ਹਾਂ ਧੋ ਲਓ ਤਾਂ ਕਿ ਉਸ ਵਿੱਚ ਕਿਸੇ ਤਰ੍ਹਾਂ ਦੀ ਮਿੱਟੀ ਆਦਿ ਦਾ ਨਾ ਹੋਵੇ। ਇਸ ਉਪਰੰਤ ਕਿਸੇ ਸਾਫ਼ ਕੱਪੜੇ ਨਾਲ ਢੱਕ ਕੇ ਸੁਕਾ ਲਓ। ਸੁੱਕਣ 'ਤੇ ਇਸ ਨੂੰ ਹੱਥ ਨਾਲ ਮਲ ਲਓ ਅਤੇ ਸੁੱਕੀਆਂ ਪੱਤੀਆਂ ਨੂੰ ਇਕੱਠਾ ਕਰਕੇ ਕਿਸੇ ਡੱਬੇ ਵਿੱਚ ਬੰਦ ਕਰਕੇ ਰੱਖ ਦਿਓ। ਇਹ ਸਮਾਨ ਆਪਾਂ ਨੇ ਉਦੋਂ ਲੈਣਾ ਜਦੋਂ ਸੀਜ਼ਨ ਹੁੰਦਾ ਹੈ ਅਤੇ ਆਪਾਂ ਨੂੰ ਬਹੁਤ ਸਸਤੇ ਰੇਟ 'ਤੇ ਮਿਲ ਜਾਂਦਾ ਹੈ। ਅਗਲਾ ਹੈ ਆਮਲਾ। ਰੋਗ ਰਹਿਤ ਸਿਹਤ ਅਤੇ ਵੱਡੇ ਵੱਡੇ ਆਮਲੇ ਧੋ ਕੇ ਇਹਨਾਂ ਦੀਆਂ ਲੰਮੀਆਂ ਲੰਮੀਆਂ ਫਾੜੀਆਂ ਕੱਟ ਲਓ। ਬੀਜ ਕੱਢ ਦਿਓ। 2% ਨਮਕ ਦੇ ਉਬਲਦੇ ਪਾਣੀ ਵਿੱਚ 10 ਮਿੰਟ ਤੱਕ ਇਹਨਾਂ ਫਾੜੀਆਂ ਨੂੰ ਉਬਾਲ ਲਓ। ਇਸ ਤੋਂ ਬਾਅਦ ਇਹਨਾਂ ਨੂੰ ਪਾਣੀ ਵਿੱਚੋਂ ਕੱਢ ਕੇ ਧੁੱਪ ਵਿੱਚ ਕਿਸੇ ਸਾਫ਼ ਕੱਪੜੇ 'ਤੇ ਪਾ ਕੇ ਸੁਕਾ ਲਓ। ਨੈਕਸਟ ਹੈ ਮੇਥੀ ਅਤੇ ਪਾਲਕ। ਮੇਥੀ ਪਾਲਕ ਸਿਹਤਮੰਦ ਅਤੇ ਸਾਫ਼ ਸੁਥਰੇ ਪੱਤੇ ਵੱਖ ਵੱਖ ਕਰਕੇ ਧੋ ਲਓ ਅਤੇ ਇਹਨਾਂ ਨੂੰ 5-10 ਮਿੰਟ ਤੱਕ ਭਾਫ਼ ਦਵਾਓ, ਧੁੱਪ ਵਿੱਚ ਸੁਕਾ ਦਿਓ ਅਤੇ ਸੁੱਕ ਜਾਣ ਤੋਂ ਬਾਅਦ ਡੱਬੇ ਜਾਂ ਪੋਲੀਥੀਨ ਦੀਆਂ ਥੈਲੀਆਂ ਵਿੱਚ ਭਰ ਕੇ ਰੱਖ ਲਓ। ਨੈਕਸਟ ਸਬਜ਼ੀ ਹੈ ਕਰੇਲਾ। ਕਰੇਲਾ ਜੋ ਕਿ ਹਰ ਮੌਸਮ ਵਿੱਚ ਨਹੀਂ ਮਿਲਦਾ ਅਤੇ ਆਪਾਂ ਇਸ ਨੂੰ ਸਟੋਰ ਕਰ ਸਕਦੇ ਹਾਂ। ਕਰੇਲੇ ਨੂੰ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ, ਮੋਟੇ ਮੋਟੇ ਟੁਕੜੇ ਕਰ ਲਓ। ਇਹਨਾਂ ਟੁਕੜਿਆਂ ਨੂੰ ਉਬਲਦੇ ਪਾਣੀ ਵਿੱਚ 7-8 ਮਿੰਟਾਂ ਲਈ ਉਬਾਲਣ ਤੋਂ ਬਾਅਦ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਓ। ਗਾਜਰ। ਗਾਜਰ ਦੇ ਰੇਸ਼ੇ ਮਤਲਬ ਗਾਜਰ ਉੱਪਰੋਂ ਛਿੱਲ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਤਲਾ ਛਿੱਲ ਲਓ ਅਤੇ ਇਸ ਨੂੰ ਮੋਟਾ ਮੋਟਾ ਗੁਲਾਈ ਵਿੱਚ ਕੱਟ ਲਓ। 2% ਲੂਣ ਦਾ ਘੋਲ ਬਣਾ ਕੇ ਉਸ ਵਿੱਚ ਗਾਜਰਾਂ ਨੂੰ 5-7 ਮਿੰਟਾਂ ਤੱਕ ਉਬਾਲਣ ਤੋਂ ਬਾਅਦ ਪਾਣੀ ਵਿੱਚੋਂ ਕੱਢ ਕੇ ਧੁੱਪ ਵਿੱਚ ਸੁਕਾ ਲਓ। ਨੈਕਸਟ ਹੈ ਸੇਮ ਦੀਆਂ ਫਲੀਆਂ। ਕੱਚੀਆਂ ਸੇਮ ਦੀਆਂ ਫਲੀਆਂ ਸੁਕਾਉਣ ਲਈ ਚੰਗੀ ਰਹਿੰਦੀ ਹੈ।
ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ ਅਤੇ ਛੋਟੇ ਛੋਟੇ ਟੁਕੜੇ ਕਰ ਲਓ। ਇਹਨਾਂ ਟੁਕੜਿਆਂ ਨੂੰ 5 ਤੋਂ 10 ਮਿੰਟਾਂ ਤੱਕ ਤੁਸੀਂ ਹਿਲਾਓ, ਜਿਸ ਨਾਲ ਇਹ ਨਰਮ ਪੈ ਜਾਣਗੀਆਂ। ਹੁਣ ਇਹਨਾਂ ਨੂੰ ਸਾਫ਼ ਕੱਪੜੇ 'ਤੇ ਪਾ ਕੇ ਧੁੱਪ ਵਿੱਚ ਸੁਕਾਓ। ਮਟਰ, ਆਪਾਂ ਨੇ ਤਾਜ਼ੇ ਮਟਰ ਲੈਣੇ ਆ ਜੋ ਮੁਲਾਇਮ ਹੁੰਦੇ ਨੇ। ਇਹਨਾਂ ਦੇ ਦਾਣੇ ਕੱਢ ਲਓ। ਪਾਣੀ ਉਬਲਣ ਤੋਂ ਬਾਅਦ ਹੁਣ ਮਟਰ ਨਰਮ ਕੱਪੜੇ ਵਾਲੀ ਪੋਟਲੀ ਵਿੱਚ ਬੰਨ ਲਓ, ਮਤਲਬ ਕਿਸੇ ਮਲਮਲ ਦੇ ਕੱਪੜੇ ਵਿੱਚ ਬੰਨ ਲੈਣਾ ਵਾ, ਅਤੇ ਉਹਨਾਂ ਨੂੰ 1-2 ਮਿੰਟ ਤੱਕ ਉਬਲਦੇ ਪਾਣੀ ਵਿੱਚ ਰੱਖੋ। ਹੁਣ ਇਸ ਪੋਟਲੀ ਨੂੰ ਕੱਢ ਕੇ ਠੰਡੇ ਪਾਣੀ ਵਿੱਚ ਪਾ ਦਿਓ। ਕੁਝ ਸਮੇਂ ਬਾਅਦ ਇਹਨਾਂ ਨੂੰ ਧੁੱਪ ਵਿੱਚ ਸੁਕਾਓ ਅਤੇ ਸਟੋਰ ਕਰ ਲਓ। ਨੈਕਸਟ ਹੈ ਫੁੱਲ ਗੋਭੀ। ਚੰਗੀ ਬਿਮਾਰੀ ਰਹਿਤ ਅਤੇ ਸਿਹਤਮੰਦ ਫੁੱਲ ਗੋਭੀ ਚੁਣੋ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਵੋ। ਇਸ ਤੋਂ ਬਾਅਦ ਉਸ ਦੇ ਵੱਡੇ ਵੱਡੇ ਟੁਕੜੇ ਕੱਟ ਕੇ ਉਬਲਦੇ ਪਾਣੀ ਵਿੱਚ 5 ਮਿੰਟਾਂ ਲਈ ਪਤਲੇ ਕੱਪੜੇ ਵਿੱਚ ਬੰਨ੍ਹ ਕੇ ਰੱਖੋ। ਹੁਣ ਇਹਨਾਂ ਨੂੰ ਸਾਫ਼ ਕੱਪੜੇ 'ਤੇ ਪਾ ਕੇ ਧੁੱਪ ਵਿੱਚ ਸੁਕਾ ਦਿਓ ਅਤੇ ਸੁੱਕਣ ਤੋਂ ਬਾਅਦ ਡੱਬੇ ਵਿੱਚ ਬੰਦ ਕਰਕੇ ਰੱਖੋ ਅਤੇ ਆਪਣੀ ਇੱਛਾ ਅਨੁਸਾਰ ਇਸ ਦੀ ਵਰਤੋਂ ਕਰੋ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਬਜ਼ੀਆਂ ਨੂੰ ਪੈਕ ਕਿਸ ਤਰ੍ਹਾਂ ਕਰਨਾ ਵਾ। ਸਬਜ਼ੀਆਂ ਨੂੰ ਸੁਕਾਉਣ ਤੋਂ ਬਾਅਦ ਹਵਾ ਬੰਦ ਡੱਬਿਆਂ ਵਿੱਚ ਚੰਗੀ ਤਰ੍ਹਾਂ ਬੰਦ ਕਰੋ। ਸੁੱਕੀਆਂ ਸਬਜ਼ੀਆਂ ਦੀ ਵਰਤੋਂ ਕਿਵੇਂ ਕਰੀਦੀ ਆ? ਸੁੱਕੀਆਂ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ 6 ਤੋਂ 12 ਘੰਟੇ ਯਾਨੀ ਰਾਤ ਨੂੰ ਪਾਣੀ ਵਿੱਚ ਭਿਉਂ ਦਿਓ ਤਾਂ ਜੋ ਉਹ ਨਰਮ ਹੋ ਕੇ ਫੁੱਲ ਜਾਵੇ। ਫਿਰ ਇਹਨਾਂ ਨੂੰ ਸਬਜ਼ੀ ਬਣਾਉਣ ਦੇ ਕੰਮ ਲਿਆਓ। ਜੇਕਰ ਵੀਡੀਓ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ, ਜਿਸ ਨਾਲ ਹੋਰ ਵੀ ਕਈ ਵੀਡੀਓ ਦੇਖਣ ਨੂੰ ਮਿਲ ਸਕਦੀਆਂ ਹਨ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ। ਵੀਡੀਓ ਨੂੰ ਹੁਣ ਖਤਮ ਕਰਦੇ ਹਾਂ।